ਜਲੰਧਰ ਵਿੱਚ ਇੱਕ ਸਿਰ ਫਿਰੇ ਆਸ਼ਕ ਦੀਆਂ ਗੋਲੀਆਂ ਦਾ ਸ਼ਿਕਾਰ ਨੌਜਵਾਨ ਲੜਕੀ ਜ਼ਿੰਦਗੀ ਹੱਥੋਂ ਹਾਰ ਗਈ। ਉਸ ਨੂੰ 4 ਦਿਨ ਪਹਿਲਾਂ ਇੱਕ ਨੌਜਵਾਨ ਨੇ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪਿਛਲੀ 6 ਮਈ ਨੂੰ ਇੱਕ ਸਿਰ ਫਿਰੇ ਆਸ਼ਕ ਦੀਆਂ ਗੋਲੀਆਂ ਦਾ ਸ਼ਿਕਾਰ ਨੌਜਵਾਨ ਲੜਕੀ 4 ਦਿਨ ਬਾਅਦ ਦਮ ਤੋੜ ਗਈ। ਦੱਸ ਦਈਏ ਕਿ ਜਲੰਧਰ ਦੇ ਇੱਕ ਲਵਲੀ ਆਟੋ ਵਿੱਚ ਸੇਲਸ ਗਰਲ ਲੜਕੀ 'ਤੇ ਗੋਲੀਆਂ ਚਲਾ ਕੇ ਮਨਪ੍ਰੀਤ ਸਿੰਘ ਨਾਮੀ ਨੌਜਵਾਨ ਨੇ ਮੌਕੇ 'ਤੇ ਹੀ ਆਪਣੇ ਆਪ ਦੇ ਸਿਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਇਸ ਲੜਕੀ ਦੇ ਸਿਰ 'ਚ ਲੱਗੀ ਗੋਲੀ 4 ਦਿਨਾਂ ਬਾਅਦ ਉਸ ਲਈ ਜਾਨਲੇਵਾ ਸਾਬਤ ਹੋਈ। ਦੂਜੇ ਪਾਸੇ ਚੋਣਾਂ ਵਿੱਚ ਅਸਲੇ 'ਤੇ ਪਾਬੰਦੀ ਹੋਣ ਦੇ ਬਾਵਜੂਦ ਕਾਤਲ ਨੌਜਵਾਨ ਵੱਲੋਂ ਵਰਤਿਆ ਗਿਆ ਰਿਵਾਲਵਰ ਅਜੇ ਵੀ ਰਹੱਸ ਬਣਿਆ ਹੋਇਆ ਹੈ। ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਆਂਦਿਆ ਗਿਆ ਅਤੇ ਕਤਲ ਲਈ ਵਰਤੇ ਰਿਵਾਲਵਰ ਦੀ ਪੜਤਾਲ ਚੱਲ ਰਹੀ ਹੈ। ਮਿਤੀ 6-5 ਨੂੰ ਜਿਹੜਾ ਗੋਲੀ ਦੀ ਇੰਸੀਡੈਂਟ ਹੋਈ ਸੀਗੀ, ਮੁੰਡਾ ਜਿਹਦਾ ਨਾਮ ਮਨਪ੍ਰੀਤ ਸਿੰਘ ਸੀਗਾ, ਉਹਨੇ ਕੁੜੀ ਨੂੰ ਗੋਲੀਆਂ ਮਾਰੀਆਂ ਸੀ ਪਹਿਲੇ, ਫਿਰ ਉਹਨੇ ਆਪ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀਗੀ। ਉਸ ਸੰਬੰਧ ਦੇ ਵਿੱਚ ਅਸੀਂ 174 ਪ੍ਰੋਸੀਡਿੰਗ ਲਿਆਉਂਦੀ ਸੀਗੀ। ਹੁਣ ਅੱਜ ਕੁੜੀ ਦੀ ਜਿਹੜੀ ਇਨਫੋਰਮੇਸ਼ਨ ਆਈ ਹੈ ਸੱਤਿਅਮ ਹੋਸਪਿਟਲ ਦੇ ਵਿੱਚੋਂ, ਜਿਹੜੇ ਜੇਰੇ ਇਲਾਜ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ, ਅਤੇ ਵਾਰਸਾਂ ਨਾਲ ਟਾਈਪ ਕਰਕੇ ਉਹਨਾਂ ਦੀ ਜਿਹੜੀ ਹੈ ਬੋਡੀ ਅਸੀਂ ਸਿਵਲ ਹੋਸਪਿਟਲ ਪੋਸਟਮਾਰਟਮ ਵਾਸਤੇ ਜਮ੍ਹਾਂ ਕਰਾਈ ਹੈ, ਅਤੇ ਪੋਸਟਮਾਰਟਮ ਕਰਾ ਕੇ ਅਤੇ ਫਰਦਰ ਪ੍ਰੋਸੀਡਿੰਗ ਜਿਹੜੀ ਹੈ ਉਹ ਅਮਲ ਵਿੱਚ ਲਿਆਂਦੀ ਜਾਊਗੀ। ਰਿਵੋਲਵਰ ਦੀ ਜਿਹੜੀ ਜਾਂਚ ਹੈ ਉਹ ਹਾਲੇ ਤੱਕ ਚੱਲ ਰਹੀ ਹੈ ਜੀ। ਜਲੰਧਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ।